का खालसा श्री वाहेगुरु जी की फतेह। धन धन बाबा शेख फरीद जी के आगमन पर्व की सारे ही बाबा फरीद जी के नाम लेवा संगत को मैं बधाई दिना और नाल ही मैं बेनती करदा है कि इस मेले के दौरान आप सारिया ने वध तो वध सफाई का ख्याल रखना, प्लास्टिक की किसी भी चीज़ नूं वरत दी जिहड़ी आ वरतों नहीं करनी, चाहे लिफाफे के रूप के हो चाहे कौलियां चाहे चमचे उन्हां दे रूप च कोई भी आपां वरतों नहीं करनी। जिहड़ा गिला कूड़ा साडा इत्थे होऊगा असीं चाह वगैरह बनावांगे लंगर लावांगे तो गिले कूड़े नूं जिहड़ा हैगा वक्खरे तौर ते सांभ के रखना है, उहदी आपां रेह बनावांगे। जिहड़ियां कोई बोतलां वगैरह खाली होणगियां उन्हां बोतलां नूं वी वक्खरे तौर ते असीं जिहड़ा हैगा ਉਹ ਕਿਸੇ ਉੱਥੇ ਡਰੰਮ ਵਗੈਰਾ ਲੱਗੇ ਹੋਣਗੇ ਜਾਂ ਬੋਰੀਆਂ ਦੇ ਵਿੱਚ ਪਾ ਕੇ ਅਸੀਂ ਰੱਖਣਾ ਔਰ ਉਸ ਤੋਂ ਅੱਗੇ ਜਿਹੜਾ ਕੂੜਾ ਅਸੀਂ ਇਕੱਠਾ ਕਰਨਾ ਉਹਨੂੰ ਅੱਗ ਨਹੀਂ ਲਾਉਣੀ, ਕਿਸੇ ਨੇ ਵੀ ਕੂੜੇ ਨੂੰ ਕਿਸੇ ਨੂੰ ਅੱਗ ਨਹੀਂ ਲਾਉਣੀ, ਉਹ ਕੂੜੇ ਦਾ ਸਾਂਭ ਸੰਭਾਲ ਕਰਾਂਗੇ। ਸੋ ਉਦੋਂ ਵੀ ਜਿਹੜੀਆਂ ਹੋਰ ਵੀ ਕਿਸੇ ਵੀ ਕਿਸਮ ਜਿਹੜੀ ਆ ਸਾਫ਼ ਸਫਾਈ ਦਾ ਧਿਆਨ ਅਸੀਂ ਰੱਖਣਾ, ਉਹ ਜਿੱਥੋਂ ਦੀ ਨਗਰ ਕੀਰਤਨ ਲੰਘਣਾ ਉਹ ਸਾਰਿਆਂ ਨੇ ਜਿਹੜਾ ਹੈਗਾ ਉਹਦਾ ਖਿਆਲ ਰੱਖਣਾ ਔਰ ਇਹ ਸਫਾਈ ਆ ਜਿਹੜੀ ਇਹ ਸਫਾਈ ਸਾਨੂੰ ਵੀ ਬਚਾ ਕੇ ਰੱਖੂ ਕਿਉਂਕਿ ਭਿਆਨਕ ਬਿਮਾਰੀਆਂ ਵੀ ਫੈਲਦੀਆਂ ਔਰ ਉਹਦੇ ਨਾਲ ਜਿੱਥੇ ਦੁਨੀਆ ਬਾਹਰੋਂ ਸੰਗਤ ਆਊਗੀ ਉਹਨਾਂ ਦੇ ਉੱਤੇ ਫਰੀਦਕੋਟ ਦੇ ਲੋਕਾਂ ਦਾ ਜਿਹੜਾ ਉਹ ਇਸ ਡਿਸਿਪਲਿਨ ਨੂੰ ਵੇਖ ਕੇ ਉਹਨਾਂ ਦੇ ਵਿੱਚ ਵੀ ਚਾਅ ਆਊਗਾ ਕਿ ਅਸੀਂ ਵੀ ਬਾਬੇ ਫਰੀਦ ਦੇ ਮੇਲੇ ਵਾਂਗ ਫਰੀਦਕੋਟ ਦੇ ਲੋਕਾਂ ਵਾਂਗ ਅਸੀਂ ਵੀ ਸੱਚਾ ਢੰਗ ਕਰੀਏ। ਇਸ ਲਈ ਵੀ ਆਪਾਂ ਸਾਰਿਆਂ ਦੇ ਨਾਲ ਮਿਲ ਕੇ ਇਸ ਉਪਰਾਲਾ ਕਰਨਾ ਔਰ ਇਹਦੇ ਉੱਤੇ ਆਪਾਂ ਸਾਥ ਦੇਣਾ, ਪ੍ਰਦੂਸ਼ਣ ਤੋਂ ਵੀ ਬਚਣਾ, ਗੰਦ ਤੋਂ ਵੀ ਬਚਣਾ ਔਰ ਬਾਬੇ ਫਰੀਦ ਦੇ ਨਾਮ ਨੂੰ ਵੀ ਚਾਰ ਚੰਦ ਲਾਉਣੇ ਆ। ਵਾਹਿਗੁਰੂ ਜੀ ਕਾ ਖਾਲਸਾ, ਸ੍ਰੀ ਵਾਹਿਗੁਰੂ ਜੀ। ਵੀਡੀਓ ਨੂੰ ਅੱਗੇ ਸ਼ੇਅਰ ਜ਼ਰੂਰ ਕਰਨਾ ਜੀ, ਕਿਰਪਾ ਕਰਕੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਜੀ। ਹੁਣ ਤੁਸੀਂ ਫਾਸਟ ਨਿਊਜ਼ ਪੰਜਾਬ ਦੀ ਐਪ ਪਲੇ ਸਟੋਰ ਤੋਂ ਇੰਸਟਾਲ ਕਰਕੇ ਨਵੀਆਂ ਅਤੇ ਤਾਜ਼ਾ ਖਬਰਾਂ ਪੜ੍ਹ ਅਤੇ ਦੇਖ ਸਕਦੇ ਹੋ। ਧੰਨਵਾਦ।